ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਸੁਣ ਲਵੋ। ਜ਼ਿੰਦਗੀ ਵਿੱਚੋਂ ਗੁਲਾਬ ਦੀ ਤਰ੍ਹਾਂ ਖਿਲਣਾ ਹੈ ਤਾਂ ਕੰਡਿਆਂ ਦੇ ਨਾਲ ਤਾਲਮੇਲ ਬਣਾਉਣਾ ਹੀ ਪੈਣਾ। ਹਾਂਜੀ, ਇਸ ਪੈਰੇ ਨੂੰ ਅਸੀਂ 80 ਦੇ ਸਪੀਡ 'ਤੇ ਡਿਕਟੇਟ ਕਰਾਂਗੇ। ਹਾਂਜੀ, ਸੋ ਧਿਆਨ ਨਾਲ ਕਰਨਾ। ਹਾਂਜੀ, ਸਟਾਰਟ। ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਡੰਡੀ ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ। ਡੰਡੀ ਕੰਪਿਊਟਰ ਬਹੁਤ ਹੀ ਜ਼ਿਆਦਾ ਬਹੁਮੁਖੀ ਹੈ। ਡੰਡੀ ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਡੰਡੀ ਚਰਚ ਟਰਨਿੰਗ ਸਿਧਾਂਤ ਦੇ ਅਨੁਸਾਰ ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮਰੱਥਾ ਨਾਲ ਇੱਕ ਸਿਧਾਂਤ ਹੈ ਜੋ ਕਿ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜੀਟਲ ਸਹਾਇਕ ਤੋਂ ਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਡੰਡੇ ਇਸ ਕਰਕੇ ਇੱਕੋ ਕੰਪਿਊਟਰ ਡਿਜ਼ਾਈਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈ ਕੇ ਉਦਯੋਗਾਂ ਨੂੰ ਕਾਬੂ ਕਰਨ ਦੇ ਯੋਗ ਹੈ। ਡੰਡੇ ਆਧੁਨਿਕ ਬਿਜਲਈ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਈਨਾਂ ਦੇ ਮੁਕਾਬਲੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮਰੱਥਾ ਵਿੱਚ ਵੱਡਾ ਇਨਕਲਾਬ ਲੈ ਆਉਂਦਾ ਹੈ। ਡੰਡੇ ਕੰਪਿਊਟਰ ਅੱਜ ਕੱਲ੍ਹ ਕਈ ਭੌਤਿਕ ਰੂਪਾਂ ਵਿੱਚ ਉਪਲਬਧ ਹਨ। ਡੰਡੇ ਅਸਲੀ ਕੰਪਿਊਟਰ ਇੱਕ ਵੱਡੇ ਕਮਰੇ ਜਿੰਨੇ ਵੱਡੇ ਸਨ ਅਤੇ ਉਸ ਤਰ੍ਹਾਂ ਦੇ ਵੱਡੇ ਕੰਪਿਊਟਰ ਹਾਲੇ ਵੀ ਵਿਗਿਆਨਿਕ ਗਣਨਾ ਕਰਨ ਲਈ ਮੌਜੂਦ ਹਨ, ਜਿਨ੍ਹਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਂਦਾ ਹੈ ਅਤੇ ਵੱਡੀਆਂ ਕੰਪਨੀਆਂ ਵੱਲੋਂ ਸੰਚਾਰ ਕਿਰਿਆ ਲਈ ਬਹੁਤ ਹੀ ਵੱਡੇ ਕੰਪਿਊਟਰਾਂ ਦੀ ਲੋੜ ਰਹਿੰਦੀ ਹੈ, ਜਿਨ੍ਹਾਂ ਨੂੰ ਮੇਨ ਫਰੇਮ ਕਹਿੰਦੇ ਹਨ। ਡੰਡੇ ਛੋਟੇ ਕੰਪਿਊਟਰ ਜਿਨ੍ਹਾਂ ਦੀ ਵਰਤੋਂ ਨਿੱਜੀ ਹਾਂਜੀ ਪੈਰਾਂ ਕੰਮਾਂ ਲਈ ਕੀਤੀ ਜਾਂਦੀ ਹੈ ਨੂੰ ਨਿੱਜੀ ਕੰਪਿਊਟਰ ਕਹਿੰਦੇ ਹਨ ਅਤੇ ਇਹਨਾਂ ਦਾ ਹੀ ਨੇੜਲਾ ਰੂਪ ਹਨ ਲੈਪਟਾਪ ਜਾਂ ਨੋਟਬੁੱਕ। ਡੰਡੇ ਪਰ ਅੱਜ ਕੱਲ੍ਹ ਆਮ ਪ੍ਰਚਲਿਤ ਕੰਪਿਊਟਰ ਦੀ ਕਿਸਮ ਇਮਬੈਟ ਕੰਪਿਊਟਰ ਛੋਟੇ ਕੰਪਿਊਟਰ ਜਿਨ੍ਹਾਂ ਨੂੰ ਹੋਰ ਯੰਤਰਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਡੰਡ ਲੜਾਕੂ ਜਹਾਜ਼ ਵਰਗੀਆਂ ਮਸ਼ੀਨਾਂ ਤੋਂ ਲੈ ਕੇ ਡਿਜੀਟਲ ਕੰਪਿਊਟਰਾਂ ਨੂੰ ਇਮਬੈਟ ਕੰਪਿਊਟਰਾਂ ਨਾਲ ਹੀ ਕਾਬੂ ਕੀਤਾ ਜਾਂਦਾ ਹੈ। ਡੰਡ ਮੱਧਕਾਲ ਦੌਰਾਨ ਯੂਰਪੀ ਗਣਿਤਕਾਰਾਂ ਅਤੇ ਇੰਜੀਨੀਅਰੀ ਦੇ ਆਉਣ ਨਾਲ 17ਵੀਂ ਸਦੀ ਦੇ ਸ਼ੁਰੂ ਵਿੱਚ ਘੜੀ ਦੇ ਤਕਨੀਕੀ ਕੰਪਿਊਟਰਾਂ ਦੇ ਵਿਕਾਸ ਵਿੱਚ ਭਾਰੀ ਵਿਕਾਸ ਕੀਤਾ। ਡੰਡੇ 19ਵੀਂ ਸਦੀ ਵਿੱਚ ਚਾਰਲਸ ਬੈਗੇਜ਼ ਨੇ ਪਹਿਲਾਂ 1837 ਵਿੱਚ ਇੱਕ ਵਿਚਾਰ ਪੇਸ਼ ਕੀਤਾ ਅਤੇ ਪੂਰੇ ਪ੍ਰੋਗਰਾਮ ਹੋਣ ਯੋਗ ਕੰਪਿਊਟਰ ਦਾ ਡਿਜ਼ਾਈਨ ਤਿਆਰ ਕੀਤਾ। ਪਰ ਉਸ ਸਮੇਂ ਤਕਨਾਲੋਜੀ ਦੇ ਵਿਕਾਸ ਵਿੱਚ ਕਮੀ, ਪੈਸਿਆਂ ਦੀ ਥੋੜ੍ਹ ਅਤੇ ਆਪਣੇ ਡਿਜ਼ਾਈਨ ਦੇ ਬੇਢੰਗੇ ਖਾਕੇ ਦੇ ਵਿਰੋਧ ਨੂੰ ਸਹਿਣ ਦੀ ਯੋਗਤਾ ਨਾ ਹੋਣ ਕਰਕੇ ਇਹ ਯਕੀਨ ਹੋ ਗਿਆ ਕਿ ਯੰਤਰ ਅਸਲ ਵਿੱਚ ਕਦੇ ਬਣਾਇਆ ਹੀ ਨਹੀਂ ਗਿਆ ਸੀ। ਡੰਡੇ 20ਵੀਂ ਸਦੀ ਦੇ ਪਹਿਲੇ ਅੱਧ ਤੱਕ ਕਈ ਵਿਗਿਆਨ ਗਣਨਾਵਾਂ ਲਈ ਖਾਸ ਮਕਸਦ ਵਾਲੇ ਐਨਾਲਾਗ ਕੰਪਿਊਟਰ ਤਿਆਰ ਕੀਤੇ ਗਏ ਜੋ ਕਿ ਗਣਨਾ ਦੇ ਆਧਾਰ 'ਤੇ ਦੇ ਰੂਪ ਵਿੱਚ ਭੌਤਿਕ ਜਾਂ ਇਲੈਕਟ੍ਰੋਨਿਕ ਮਾਡਲ ਵਾਂਗ ਵਰਤਦੇ ਸਨ। ਡੰਡੇ
ਇਹਨਾਂ ਦਾ ਵਿਕਾਸ ਡਿਜੀਟਲ ਕੰਪਿਊਟਰਾਂ ਦੇ ਵਿਕਾਸ ਨਾਲ ਰੁਕ ਗਿਆ ਡੰਡੀ। 1940 ਦੇ ਪਹਿਲੇ ਇਲੈਕਟ੍ਰੋਨਿਕ ਆਮ ਵਰਤੋਂ ਦੇ ਕੰਪਿਊਟਰ ਵਿਕਾਸ ਸਟਾਪ।